ਅਸੀਂ ਇਸ ਵੇਲੇ ਨਾਰਵੇ ਦੇ ਵਿੱਚ ਆ ਤੇ ਕੰਮ ਦੇ ਕਮੋਂਦੇ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਹੁੰਦੇ ਹੁੰਦੇ ਨਾ ਤੇ ਅਸੀਂ ਵਾਸ਼ਰੂਮ ਲਈ ਇੱਥੇ ਰੁਕੇ ਸਾਂ ਤੇ ਮੈਨੂੰ ਵੇਖ ਕੇ ਬੜੀ ਹੈਰਾਨੀ ਹੋਈ ਸ਼ਾਇਦ ਯੂਰਪ ਕੈਨੇਡਾ ਅਮਰੀਕਾ 'ਚ ਰਹਿਣ ਵਾਲੇ ਲੋਕਾਂ ਵਾਸਤੇ ਕੋਈ ਗੱਲ ਨਾ ਹੋਵੇ ਲੇਕਿਨ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਕਿ ਅਸੀਂ ਵਾਸ਼ਰੂਮ ਵਾਸਤੇ ਰੁਕੇ ਤਾਂ ਮੈਂ ਇੱਕ ਐ ਡੱਬਾ ਜਿਹਾ ਵੇਖਿਆ ਮੈਨੂੰ ਪਤਾ ਨਹੀਂ ਕਾਦਾ ਡੱਬਾ ਹੈ ਤੇ ਪਤਾ ਲੱਗਾ ਇਹਦੇ 'ਚ ਸ਼ਹਿਦ ਪਿਆ ਹੋਇਆ ਹੈ ਤੇ ਸ਼ਾਇਦ ਵੀ ਕੋਈ ਡਿਫਰੈਂਟ ਟਾਈਪ ਦਾ ਸ਼ਹਿਦ ਹੈ ਤੇ ਆਪਾਂ ਵੇਖ ਕੇ ਤਾਂ ਪਹਿਲੇ ਹੈਰਾਨ ਹੋਏ ਲੇਕਿਨ ਬਾਅਦ ਚ ਪਤਾ ਲੱਗਾ ਕਿ ਯਾਰ ਇਹ ਸ਼ਾਇਦ ਜਿਹੜਾ ਹੈ 100 ਕਰੋਨੇ ਦਾ 10 ਯੂਰੋ ਦਾ ਹੈ ਤੇ ਤੁਸੀਂ ਤੁਹਾਨੂੰ ਜਿਹੜਾ ਚਾਹੀਦਾ ਉਹ ਫੜ ਕੇ ਲੈ ਜਾਓ ਤੇ ਪੇਪਲ ਕਰ ਦਿਓ ਇਸ ਅਕਾਊਂਟ ਤੇ ਇੱਥੇ ਗੱਲ ਤੱਕ ਤੇ ਠੀਕ ਸੀ ਸਮਝ ਆਂਦੀ ਸੀ ਲੇਕਿਨ ਮੈਂ ਬੜਾ ਹੈਰਾਨ ਹੋਇਆ ਲਾਗੇ ਲਾਗੇ ਵੇਖੋ ਬਿਆਬਾਨ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਜ਼ਾਤ ਨਾ ਕੋਈ ਕੈਮਰਾ ਨਾ ਕੋਸ਼ ਨਾ ਕੋਸ਼ ਫਿਰ ਵੀ ਉਹ ਬੰਦੇ ਨੇ ਵੇਖੋ ਕਿਸ ਤਰੀਕੇ ਨਾਲ ਉਹਨੂੰ ਵੇਚ ਰਿਹਾ ਹੈ ਇਹਦਾ ਮਤਲਬ ਇਹ ਹੁਣ ਸੋਚਣ ਤੇ ਆਪਾਂ ਮਜਬੂਰ ਹੋ ਜਾਂਦੇ ਆ ਕਿ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਲੋਕਾਂ ਨੇ ਕੋਲਰ ਲਾਏ ਨੇ ਕੋਲਰ ਦੇ ਨਾਲ ਗਲਾਸ ਟੰਗੇ ਹੋਏ ਆ ਜੰਜੀਰਾਂ ਦੇ ਨਾਲ ਤੇ ਅਗਰ ਹੋਰ ਡੀਪਲੀ ਦੱਸ ਦਵਾਂ ਤੇ ਲੋਟੇ ਤੱਕ ਲੋਕਾਂ ਨੇ ਟੂਟੀਆਂ ਦੇ ਨਾਲ ਬੰਨੇ ਹੋਏ ਨੇ ਤੇ ਜੇ ਮੈਂ ਇੰਡੀਆ ਦੀ ਗੱਲ ਕਰਾਂ ਤੇ ਮਾਫ ਕਰਨਾ ਗੁਰਦੁਆਰਿਆਂ 'ਚ ਵੀ ਕੈਮਰੇ ਲੱਗ ਚੁੱਕੇ ਨੇ ਤੇ ਗੱਲ ਕਰਨ ਦਾ ਮਕਸਦ ਇਹ ਕਿ ਅਸੀਂ ਤਾਂ ਧਾਰਮਿਕ ਤਾਂ ਹੋ ਗਏ ਆ ਸਿੱਖ, ਮੁਸਲਮਾਨ, ਹਿੰਦੂ, ਸਾਈ ਤਾਂ ਆਪਾਂ ਬਣ ਗਏ ਆ ਲੇਕਿਨ ਅਸੀਂ ਇਨਸਾਨ ਨਹੀਂ ਬਣੇ ਤੇ ਜੇ ਇਨਸਾਨਾਂ ਦੀ ਸਾਨੂੰ ਮਿਸਾਲ ਦੇਣੀ ਪਈਗੀ ਤੇ ਸਾਨੂੰ ਯੂਰਪ ਆਣਾ ਪਏਗਾ ਸੋ ਇਹਨਾਂ ਲੋਕਾਂ ਨੂੰ ਸਿਰਫ ਨੰਗੇ ਨਾ ਵੇਖੋ ਇਹਨਾਂ ਦੀ ਇਹ ਇਮਾਨਦਾਰੀਆਂ ਵੀ ਜ਼ਰੂਰ ਵੇਖੋ ਤੇ ਮੈਂ టు ਬੀ ਵੈਰੀ ਫ੍ਰੈਂਕ ਮੈਂ ਬਹੁਤ ਹੈਰਾਨ ਆ ਕਿ ਯਾਰ ਇਹਨਾਂ ਲੋਕਾਂ 'ਚ ਇੰਨੀ ਇਮਾਨਦਾਰੀ ਹੋ ਸਕਦੀ ਹੈ ਬਾਕੀ ਵੀਰੇ ਮੇਰੇ ਜੁੱਤੀਆਂ ਨਾ ਆਣ ਵਿੱਚ ਅੱਛਾ ਮੈਂ ਚੱਪਲ ਪਾਈਆਂ ਹੋਈਆਂ ਨੇ ਉਹ ਨਾ ਆਵੇ ਨਹੀਂ ਯਾਰੀ